अस्सलाम वालेकुम दोस्तों, मैं थोड़ा दोस्त आफत मोहम्मद सलीम। दोस्तों की हाल चाल है? असं अल्लाह के घर उम्मीद रख रहे हैं तो ठीक ठाक हो वो कि अल्लाह थोड़ा ठीक रखे। लो दोस्तों, आज थानू असी सरगोधे लै के आए हैं, सरगोधा शहर के नाल चक ने असं उधर थानू लै के आए हैं। थानू असी किन्नों के माल किन्नों माल्टा जोड़ा वो बाग लै के आए हैं, तो जे इत मालक ने थानू उन्होंने भी गलबात करवाने, थोड़े को मालूमत लै के दें। लो जी, अस्सलाम वालेकुम जी। वालेकुम सलाम जी। सर जी, सब तो पहले तो अपना नाम दसो, की नाम जी? मेरा नाम जी मुहम्मद तकीर है जी। मुहम्मद तकीर जी, जी असी सरगोधे दे रहिशी हां, सरगोधे दे नाल पिंड 98 शमाली। 98 शमाली जी जी। साडे यानी सरगोधे शमाली ते जनूबी तद कहा जांदा जी, नॉर्थ एंड वैसट एरिया। सही। जिहड़े इलाकियां नूं शमाली नहरां दा पानी लगदा उहनां नूं शमाली इलाके कहा जांदा, ते जिन्हां जनूबी नहरां दा पानी लगदा उहनूं जनूबी कहा जांदा। बिल्कुल सही। ते साडे इत्थे यानी कि सरगोधे च किन्नू दी फसल सब तों ज़्यादा अच्छी मन्नी जांदी है। सही। ते इस करके असीं ज़्यादा किन्नू दी पैदावार करदे हां। ਸਾਡੇ ਕੋਲ ਤਕਰੀਬਨ 18-19 ਕਿੱਲੇ ਬਾਗ ਆਪਣਾ ਜ਼ਾਤੀ। ਮਾਸ਼ਾਅੱਲਾ। ਸਹੀ। ਅਤੇ ਇਹਦੇ ਵਿੱਚ ਯਾਨੀ ਕਿ ਕੋਈ ਅਸੀਂ ਬੂਟੇ ਮਸੰਮੀ ਦੇ ਵੀ ਲਾਏ ਹੋਏ ਨੇ, ਗ੍ਰੇਪ ਫਰੂਟ ਵੀ ਹੈ, ਫਰੂਟਰ ਵੀ ਹੈ। ਬਿਲਕੁਲ ਸਹੀ। ਉਸ ਤੋਂ ਇਲਾਵਾ ਯਾਨੀ ਕਿ ਮੈਂਗੋ ਦੇ ਵੀ ਹੈ ਨੇ, ਅੰਬ ਵੀ ਹੈ, ਪੀਚ ਦਾ ਵੀ ਇੱਕ ਅੱਧਾ ਬੂਟਾ ਲਾਇਆ ਹੋਇਆ। ਸਹੀ। ਆਪਣੇ ਯਾਨੀ ਕਿ ਫਰੂਟ ਵਾਸਤੇ ਨਾ ਖਾਣ ਵਾਸਤੇ ਅਸੀਂ ਸਰ ਹਾਂਜੀ ਸਾਰਾ ਕੀਤਾ ਇੰਨੀਆਂ ਜੀ। ਅਤੇ ਸਾਨੂੰ ਇਹ ਦੱਸੋ ਹੈ ਕੀ ਹਿਸਾਬ ਤਾਂ ਮਾਲਟੇ ਦਾ ਹੁੰਦਾ ਹੈ, ਕਿੰਨਾ ਵਾਇਆ ਰੱਖਿਆ ਜਾਂਦਾ ਹੈ, ਕਿਸ ਬੂਟੇ ਦਾ ਕੇਅਰ ਕਿਵੇਂ ਕੀਤੀ ਜਾਂਦੀ ਹੈ ਇਹਦੀ, ਜਾਂ ਕੋਈ ਸਪਰੇ ਜਾਂ ਖਾਦ ਦਾ ਕੀ ਹਿਸਾਬ ਕਰਦੇ ਹੋ ਤੁਸੀਂ? ਇਹ ਜੀ 1 ਕਿੱਲਾ ਤਕਰੀਬਨ 220 ਫੁੱਟ ਦਾ ਹੁੰਦਾ ਜੀ। ਅੱਛਾ ਜੀ। ਅਤੇ 1 ਕਿੱਲੇ 'ਚ 100 ਬੂਟਾ ਲਾਉਂਦੇ ਨੇ। ਅੱਛਾ ਜੀ। ਅਤੇ 22 ਫੁੱਟ ਦੇ ਏਰੀਏ 'ਤੇ ਹਰ ਬੂਟਾ ਲੱਗਦਾ ਜੀ। ਸਹੀ। ਅਤੇ ਉਸ ਤੋਂ ਬਾਅਦ ਇਹਦੀ ਜਿਹੜੀ ਹਿਫਾਜ਼ਤ ਹੈ ਜੀ, ਕਿ ਸਾਲ 'ਚ ਇਹਨੂੰ 4 ਸਪਰੇਵਾਂ ਕਰਨੀਆਂ ਪੈਂਦੀਆਂ ਨੇ। ਕਿਹੜੀ ਸਪਰੇਅ ਕਰਦੇ ਹੋ ਤੁਸੀਂ? ਸਪਰੇ ਅਸੀਂ ਪੋਲਟਰੀਨ ਸੀ ਕਰਦੇ ਹਾਂ। ਅੱਛਾ। ਕੁਝ ਉਸ ਤੋਂ ਬਾਅਦ ਇਲੈਕਟਰ ਆਉਂਦੀ ਹੈ, ਯਾਨੀ ਕਿ ਮੁਖਤਲਿਫ ਹੈ ਸ਼ੋਕ ਵਾਸਤੇ। ਉਸ ਤੋਂ ਬਾਅਦ ਇਹਨੂੰ ਜਿਹੜੀ ਸਭ ਤੋਂ ਜ਼ਿਆਦਾ ਬਿਮਾਰੀ ਪੈਂਦੀ ਹੈ ਨਾ, ਤੇਲਾ ਪੈਂਦਾ, ਜਿਹੜਾ ਇਹਦੇ ਪੱਤਿਆਂ ਦਾ ਨੁਕਸਾਨ ਕਰਦਾ ਅਤੇ ਫਰੂਟ ਦਾ ਨੁਕਸਾਨ ਕਰਦਾ ਜੀ। ਬਿਲਕੁਲ ਸਹੀ। ਇੱਕ ਫਰੂਟਲੈਸ ਮੱਖੀ ਹੁੰਦੀ ਹੈ, ਅੱਛਾ, ਉਹਦੀ ਵੀ ਉਹ ਗੋਲਡਨ ਕਲਰ ਦੀ ਹੁੰਦੀ ਜੀ, ਉਹਦੇ ਵਾਸਤੇ ਵੀ ਯਾਨੀ ਕਿ ਲਹਿਦਾ ਸਪਰੇਅ ਇਸਤੇਮਾਲ ਕਰਨੀ ਪੈਂਦੀ ਹੈ। ਕੁਝ ਜੜ੍ਹਾਂ ਵਾਸਤੇ ਫਿਰ ਪਾਊਡਰ ਹੁੰਦੇ ਨੇ, ਬਿਲਕੁਲ, ਜਿਹੜੇ ਫਲੱਡ ਕਰਨੇ ਪੈਂਦੇ ਨੇ ਜ਼ਮੀਨ ਦੇ ਵਿੱਚ ਪਾਣੀ ਦੇ ਨਾਲ, ਉਹ ਯਾਨੀ ਕਿ ਜੜ੍ਹਾਂ ਜਿਹੜੇ ਕੀੜੇ ਹੁੰਦੇ ਨੇ ਉਹ ਮਾਰਦੇ ਨੇ। ਪਹਿਲੇ 2 ਸਪਰੇਵਾਂ ਅਸੀਂ ਮਾਰਚ ਕਰਨੀਆਂ ਹੁੰਦੀਆਂ, ਜਦੋਂ ਯਾਨੀ ਕਿ ਨਿਊ ਫਲ ਆਉਂਦਾ ਜੇ, ਫੁੱਲ ਆਉਂਦਾ ਜੇ, ਹਾਂਜੀ, ਉਹਦੀ ਹਿਫਾਜ਼ਤ ਵਾਸਤੇ ਅਤੇ ਫੋਟਕ ਵਾਸਤੇ। ਫੋਟਕ ਯਾਨੀ ਕਿ ਨਵੀਆਂ ਸ਼ਾਖਾਂ ਨੇ ਜ਼ਿਆਦਾ, ਜਦੋਂ ਮੌਸਮ ਬਹਾਰ ਆਉਂਦਾ ਨਾ, ਤਾਂ ਇਸੇ ਤਰ੍ਹਾਂ ਇਹ ਵੀ ਬੂਟੇ ਫੁੱਟਦੇ। ਹਾਂਜੀ ਬਿਲਕੁਲ, ਇਸ ਤਰ੍ਹਾਂ ਹੀ। ਅਤੇ ਉਹਦੇ ਵਾਸਤੇ ਵੀ ਸਪਰੇਵਾਂ ਯਾਨੀ ਕਿ ਇਸਤੇਮਾਲ ਕੀਤਾ ਜਾਂਦਾ ਅਤੇ ਫਲ ਨੂੰ ਬਚਾਇਆ ਜਾਂਦਾ। ਬਿਲਕੁਲ ਸਹੀ। ਉਸ ਤੋਂ ਬਾਅਦ ਫਿਰ ਇਹਨਾਂ ਦੀ ਗੋਡੀ ਕਰਾਉਣੀ ਹੁੰਦੀ ਹੈ। ਸਹੀ। ਉਹ ਤੁਸੀਂ ਆਪਣੀ ਯਾਨੀ ਕਪੈਸਿਟੀ 'ਤੇ 2 ਦਫ਼ਾ ਕਰਾ ਲਓ, 3 ਦਫ਼ਾ ਕਰਾ ਲਓ, ਫਿਰ ਇਹਨਾਂ ਦੀ ਸ਼ਾਖ ਤਰਾਸ਼ੀ ਯਾਨੀ ਕਿ ਸੋਕਾਂ ਲਵਾਉਣੀਆਂ ਪੈਂਦੀਆਂ ਨੇ। ਸਹੀ। ਜਿਹੜੀਆਂ ਸੁੱਕੀਆਂ ਹੁੰਦੀਆਂ ਇਹਨਾਂ ਦੀ ਟਹਿਣੀਆਂ, ਉਹਨਾਂ ਨੂੰ ਮਜ਼ਦੂਰ ਲਾ ਕੇ ਉਹਨਾਂ ਦੀ ਤਰਾਸ਼ੀ ਕਰਾਉਣੀ ਪੈਂਦੀ ਹੈ। ਬਿਲਕੁਲ ਸਹੀ। ਅਤੇ ਹਰ ਸਾਲ ਕਰਾਉਣੀ ਪੈਂਦੀ ਹੈ ਜੀ? ਹਰ ਸਾਲ ਕਰਾਉਣਾ ਪੈਂਦਾ। ਸਹੀ। ਉਸ ਤੋਂ ਬਾਅਦ ਯਾਨੀ ਕਿ ਕੋਈ ਬੂਟੇ ਡੈਮੇਜ ਹੋ ਜਾਂਦੇ ਨੇ, ਖਤਮ ਹੋਣ, ਉਹਨਾਂ ਦੇ ਨਾਲ ਫਿਰ ਨਾਗੇ ਲਾਏ ਜਾਂਦੇ ਨੇ। ਸਹੀ। ਕਿ ਬਾਗ ਦੀ ਜਿਹੜੀ ਰੌਣਕਦਾਰ ਹੈ ਨਾ, ਉਹ ਬਰਕਰਾਰ ਰਹੇ। ਬਿਲਕੁਲ ਸਹੀ। ਇਹਦੀ ਸਟਰੈਂਥ ਨਾ ਘਟੇ। ਬਿਲਕੁਲ ਸਹੀ। ਅਤੇ ਜੀ ਉਸ ਤੋਂ ਬਾਅਦ ਫਿਰ ਯਾਨੀ ਕਿ ਜਿਸ ਤਰ੍ਹਾਂ ਜ਼ਿਆਦਾ ਤੁਸੀਂ ਸਪਰੇਵਾਂ ਵੀ ਕਰਨੀਆਂ, ਉਹ ਆਈਏ ਦੀ ਲਾਜ਼ਮੀ ਹੈ। ਅੱਛਾ। ਸਹੀ। ਸਿਰਫ 2 ਮਹੀਨੇ ਸਾਲ ਨਹੀਂ ਅਸੀਂ ਕਰ ਸਕਦੇ, ਜਿਹੜੇ ਉਹ ਗਰਮੀਆਂ ਦੇ ਹੁੰਦੇ ਨੇ, ਗਰਮੀਆਂ, ਜੇਠ ਹਾੜ ਜਿਹਨੂੰ ਆਖਿਆ ਜਾਂਦਾ, ਉਹਦੇ ਯਾਨੀ ਕਿ ਇਹਨਾਂ ਫਾਇਦਾ ਕੋਈ ਨਹੀਂ ਹੁੰਦਾ। ਨਹੀਂ, ਫਾਇਦਾ ਇਸ ਤਰ੍ਹਾਂ ਕਿ ਪਾਣੀ ਦੀ ਕਮੀ ਹੋ ਜਾਂਦੀ ਹੈ ਉਸ ਟਾਈਮ, ਅਤੇ ਜੇ ਅਸੀਂ ਵਹਾਈ ਕਰੀ ਤਾਂ ਫਿਰ ਬਾਗ ਦਾ ਪੀਚਾ ਨਹੀਂ ਜ਼ਿਆਦਾ ਹੁੰਦਾ। ਬਿਲਕੁਲ ਸਹੀ। ਅਤੇ ਇਹਨੂੰ ਪਾਣੀ ਦੀ ਕੀ ਰੂਟੀਨ ਇਹਦੀ ਹੁੰਦੀ? ਪਾਣੀ ਦੀ ਅਸੀਂ ਤਕਰੀਬਨ, ਸਾਡੇ ਕੋਲ ਮੁਰੱਬਾ ਬਾਗ ਹੈ ਜੀ, ਮਹੀਨੇ ਦੇ ਵਿੱਚ ਇੱਕ ਵਾਰ ਪਾਣੀ ਇਹਨੂੰ ਆ ਜਾਂਦਾ। ਇੱਕ ਵਾਰ ਪਾਣੀ ਆ ਜਾਂਦਾ ਜੀ? ਅਤੇ ਨਹਿਰੀ ਪਾਣੀ ਦਿੱਤਾ ਜਾਂਦਾ? ਨਹਿਰੀ ਪਾਣੀ ਦਿੱਤਾ ਜਾਂਦਾ। ਇਹਨੂੰ ਟੂਵਲ ਦਾ ਮਿਕਸ ਕਰਕੇ ਲਾਇਆ ਜਾ ਸਕਦਾ। ਸਹੀ। ਲੇਕਿਨ ਉਹ ਅਸੀਂ ਲਾਉਂਦੇ ਕੋਈ ਨਹੀਂ, ਕਿਉਂਕਿ ਟੂਵਲ ਦੇ ਪਾਣੀ ਦੇ ਨਾਲ ਨਾ ਬੋਰ ਦੇ 3-4 ਸਾਲ ਤੋਂ ਬਾਅਦ ਬਾਗ ਸੁੱਕਣਾ ਸ਼ੁਰੂ ਹੋ ਜਾਂਦਾ। ਬਿਲਕੁਲ ਸਹੀ। ਅਤੇ ਜੇ ਇਹਨਾਂ ਤੋਂ ਸਰਗੋਧੇ ਦੇ ਇਲਾਕੇ ਤੋਂ ਇਲਾਵਾ ਜੀ, ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ, ਉਹਦੇ ਦੀ ਕੋਈ ਮਾਲੂਮਾਤ ਹੈ ਕਿ ਉੱਧਰ ਵੀ ਇਹ ਬਾਗ ਸਹੀ ਕਾਮਯਾਬ ਹੋ ਸਕਦੇ ਨੇ? ਸਰ, ਉਹ ਮਿੱਟੀ ਚੈੱਕ ਕਰਾਉਣੀ ਪੈਂਦੀ ਹੈ ਇਹਦੀ। ਅੱਛਾ ਜੀ। ਕਿਉਂਕਿ ਹਰ ਮਿੱਟੀ ਦੀ ਆਪਣੀ ਆਪਣੀ ਤਸੀਰ ਆ। ਬਿਲਕੁਲ। ਜਿਸ ਤਰ੍ਹਾਂ ਹੁਣ ਗੁਜਰਾਂਵਾਲਾ ਹਾਫਜ਼ਾਬਾਦ ਮੂੰਜੀ ਦੇ ਬਾਰੇ ਮਸ਼ਹੂਰ ਹੈ। ਹਾਂਜੀ ਬਿਲਕੁਲ। ਉਹ ਮੂੰਜੀ ਸਾਡੇ ਇਸ ਇਲਾਕੇ 'ਚ ਨਹੀਂ ਪਾਈ ਨਹੀਂ ਪਾਈ ਜਾਂਦੀ। ਅਸੀਂ ਕਰਦੇ ਹਾਂ, ਲੇਕਿਨ ਉਹਦੇ ਵਾਸਤੇ ਸਾਨੂੰ ਬੜੀ ਮਿਹਨਤ ਕਰਨੀ ਪੈਂਦੀ। ਬਿਲਕੁਲ ਸਹੀ। ਅਤੇ ਇਸੇ ਤਰ੍ਹਾਂ ਉਹ ਬਾਗ ਦਾ ਤਸੀਰ ਨੂੰ ਨਹੀਂ ਮੰਨਦੇ। ਹਾਂਜੀ ਸਹੀ। ਨਾਲ ਨਾਲ ਤੁਹਾਨੂੰ ਦੱਸੀ ਜਾਓ ਕਿਹੜਾ ਜੀ, ਅਤੇ ਇਹਦਾ ਮਾਲ ਦਾ ਜਿਹੜਾ ਕੀ, ਇਹਦਾ ਕੋਈ ਠੇਕਾ ਦਿੱਤਾ ਜਾਂਦਾ ਵੇ ਜਾਂ ਕੀ? ਫੈਕਟਰੀਆਂ ਵਾਲੇ ਆਉਂਦੇ ਨੇ, ਕੋਈ ਠੇਕੇਦਾਰ ਆਉਂਦੇ ਨੇ, ਜਿਹੜੇ ਠੇਕੇਦਾਰ ਆ ਉਹ ਮੰਡੀਆਂ 'ਚ ਮਾਲ ਆਪਣਾ ਲੈ ਜਾਂਦੇ। ਅੱਛਾ ਜੀ। ਅਤੇ ਜਿਹੜਾ ਯਾਨੀ ਸਾਡੀ ਆਮ ਆਵਾਮ ਤੱਕ ਪਹੁੰਚਦਾ ਜੀ, ਜਿਹੜੇ ਠੇਕੇਦਾਰ ਉਹ ਪ੍ਰੋਸੈਸਿੰਗ ਕਰਕੇ ਇਹਨੂੰ ਪਾਲਿਸ਼ਿੰਗ ਕਰਕੇ ਨਾ ਜੀ, ਹਾਂਜੀ, ਸਾਫ਼ ਸੁਥਰਾ ਕਰਕੇ ਸਾਈਜ਼ਿੰਗ ਬਣਾ ਕੇ ਫਿਰ ਇੰਟਰਨੈਸ਼ਨਲ ਲੈਵਲ 'ਤੇ ਆਰਮੀ ਮੰਡੀ 'ਚ ਇਹਨੂੰ ਪੇਸ਼ ਕੀਤਾ ਜਾਂਦਾ। ਸਹੀ। ਅਤੇ ਸਭ ਤੋਂ ਅੱਛਾ ਮਾਲਟਾ ਕਿਹੜੇ ਇਲਾਕੇ ਦਾ ਪਸੰਦ ਕੀਤਾ? ਸਾਡੇ ਸਰਗੋਧੇ ਦਾ ਪੂਰੀ ਆਲ ਟੂ ਆਲ ਵਰਲਡ ਦੇ ਵਿੱਚ ਸਰਗੋਧੇ ਦਾ ਮਾਲਟਾ ਮਸ਼ਹੂਰ ਹੈ ਜੀ। ਬਿਲਕੁਲ ਸਹੀ। ਉਹ ਵੀ ਕਿੰਨੂ? ਸਹੀ। ਸਾਡੇ ਕੋਲ ਉਸ ਤਰ੍ਹਾਂ ਹੋਰ ਵੀ ਹੈ ਕਾਫੀ ਨਸਲਾਂ ਨੇ। ਸਹੀ। ਇਹ ਜਿਹੜਾ ਸਾਡੇ ਕੋਲ ਲੱਗਿਆ ਹੋਇਆ ਜੀ ਹੈ ਜੀ ਮਾਲਟਾ। ਮਾਲਟਾ
पहले तो किन्नू के बूटे विखाए ने ये माल्ट आ जे इनू जरा बाद रेड नहीं हो जाता। हाँ जी बिल्कुल इनू दूसरा मेरा चकोतरा चकोतरा नहीं चकोतरा हो चकोतरा उस चीज़ आ जाए ये माल्ट आज ये तकरीबन अप्रैल दे विच जा के ना सही तैयार हुंदा। अच्छा सही यानी कि जो दो दूसरा मुकी जांदा हां जी फिर इहने शुरू इहदे अंदर बिल्कुल रेड शेप आ जांदी है। बिल्कुल सही है जी तुसी वेखण ए मौसमी टाइप। हां जी बिल्कुल मौसमी दी असल जिहड़ी निशानी है ना जी ओह तुहानूं मैं विखाना ए लोग जिहड़े बाहर वाले ने ना तुहानूं माल्ट नूं मौसमी करके वेचदे। हां जी बिल्कुल ऐसा लेकिन जिहड़ा मौसमी दे थल्ले ठिप्पा होएगा गोल बिल्कुल इस तरह कोई शक नहीं ते ओह कईआं लोकां नूं तो पता है जी फिर नहीं ए जिहड़ा बूटा है जी ग्रे फ्रूट ਸਾਡੇ ਇਸਦੇ ਨਾਲ ਦਾਣੇ ਹੈ ਅਸੀਂ ਕਈ ਇਹ ਮੌਸਮੀ ਜੇ ਇਹ ਵੇਖੋ ਇਹ ਸਾਰਾ ਯਾਨੀ ਤਰੇੜਾਂ ਵਾਲਾ ਜਿਹੜਾ ਸਿਸਟਮ ਹੈ ਨਾ ਇਹਦਾ ਮੌਸਮੀ ਨਾਲ ਕੋਈ ਦੇਖ ਮਾਲਟ ਦਾਣੇ ਸੀ ਯਾਰ ਦੋ ਤਿੰਨ ਅਤੇ ਇਹਦੀ ਖੁਆਲੀ ਵੀ ਕਰਨੀ ਪੈਂਦੀ ਬਾਬਾ ਨਹੀਂ ਇਹਦੇ ਨਹੀਂ ਹੈ ਮੌਸਮੀ ਇਹ ਨਹੀਂ ਹੈ ਜਿਹੜਾ ਬੂਟਾ ਗ੍ਰੇ ਫਰੂਟ ਦਾ ਵਾ ਉਹ ਜਿਹੜਾ ਨਹੀਂ ਹੁੰਦਾ ਸ਼ੂਗਰ ਵਾਲਿਆਂ ਵਾਸਤੇ ਸ਼ੂਗਰ ਵਾਲਿਆਂ ਵਾਸਤੇ ਹੁੰਦਾ ਹੈ ਬਿਲਕੁਲ ਇਹ ਸਰ ਗ੍ਰੇ ਫਰੂਟ ਦਾ ਬੂਟਾ ਲੇਕਿਨ ਇਹਨਾਂ ਇਸ ਟਾਈਮ ਫਲ ਨਹੀਂ ਲੱਗਿਆ ਹੈਗਾ ਅਤੇ ਇਹਨੂੰ ਫਲ ਕਿਤੋਂ ਆਉਂਦਾ ਹੈ ਇਹ ਫਲ ਨਾਲ ਹੀ ਲੱਗ ਜਾਂਦਾ ਨਾਲ ਲੱਗ ਜਾਂਦਾ ਹੈ ਸੀ ਦੋ ਚਾਰ ਦਾਣੇ ਮੈਂ ਰੱਖ ਲਓ ਕਿਸੇ ਨੇ ਖੋਲ ਲੈਣ ਇਹ ਕਿੰਨੇ ਸਾਲ ਦਾ ਪੌਦਾ ਜੀ ਇਹ ਸਰ ਤਕਰੀਬਨ ਹੈ ਚਾਰ ਸਾਲ ਦਾ ਚਾਰ ਸਾਲ ਦਾ ਅਤੇ ਕਿੰਨੂ ਦਾ ਜਿਹੜਾ ਪੌਦਾ ਵੇ ਉਹ ਕਿੰਨੀ ਦੇਰ ਬਾਅਦ ਫਲ ਚੁੱਕ ਲੈਂਦਾ ਕਿੰਨੇ ਸਾਲਾਂ ਤੱਕ ਕਿੰਨੂ ਦਾ ਜਿਹੜਾ ਨਾ ਜੀ ਜੇ ਸਹੀ ਮਿਹਨਤ ਕੀਤੀ ਜਾਵੇ ਤਾਂ ਤਿੰਨ ਸਾਲ 'ਚ ਵੀ ਫਲ ਚੱਕ ਲੈਂਦਾ ਲੇਕਿਨ ਕਮ ਸੇ ਕਮ ਪੰਜ ਸਾਲ ਲੈਂਦਾ ਪੰਜ ਸਾਲ ਲੈਂਦਾ ਸਹੀ ਬਹਾਲ ਸਹੀ ਅਤੇ ਇਹਦੀ ਮੁੱਦਤ ਕੀ ਹੁੰਦੀ ਜੀ ਇਹਦੀ 100 ਸਾਲ ਮੁੱਦਤ ਆ ਜੀ ਇਹਨੂੰ ਸੰਭਾਲ ਕੇ ਲਿਆਉਂਦਾ ਜਾਵੇ ਬਿਲਕੁਲ ਸਹੀ 100 ਸਾਲ ਤੋਂ ਪਹਿਲਾਂ ਕਿਤੇ ਵੀ ਨਹੀਂ ਜਾਂਦਾ ਬਿਲਕੁਲ ਜੇ ਇਹਦੀ ਖਿਦਮਤ ਇਹਨੂੰ ਖਾਦ ਦਵਾਈ ਦੇ ਟਾਈਮ ਦੇ ਹੁੰਦੀ ਰਹੇ ਜੇ ਤੁਸੀਂ ਨਹੀਂ ਕਿਸੇ ਚੀਜ਼ ਦੀ ਸਾਂਭ ਕਰਨੀ ਤਾਂ ਤੁਹਾਨੂੰ ਪਤਾ ਕਿ ਉਹ ਨਹੀਂ ਚੱਲਦੀ ਹੈ ਬਿਲਕੁਲ ਔਰ ਜਿਹਦੇ ਕੋਈ ਫਲ ਲੈਣਾ ਉਹਦੀ ਖਿਦਮਤ ਵੀ ਕਰੋ ਤਾਂ ਹੀ ਹੈ ਬਿਲਕੁਲ ਸਹੀ ਹੈ ਜੀ ਇਹ ਵਾਲਾ ਕਿੰਨੂ ਹੀ ਹੈ ਜੀ ਹਾਂਜੀ ਇਹ ਕਿੰਨੂ ਹੈ ਜੀ ਅਤੇ ਸਹੀ ਤਿਆਰੀ ਹੈ ਇਹਦੀ ਕਿਹੜੇ ਮਹੀਨੇ 'ਚ ਹੋ ਜਾਂਦੀ ਹੈ ਇਹ ਸਰ ਤਕਰੀਬਨ ਦਸੰਬਰ ਦੇ ਵਿੱਚ ਇਹਦੀ ਟਾਪਿੰਗ ਸ਼ੁਰੂ ਹੋ ਜਾਣੀ ਹੈ ਸਹੀ ਇਹ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਯਾਨੀ ਕਿ ਹਜੇ ਸਾਈਜ਼ ਛੋਟਾ ਪਾਣੀ ਲੱਗ ਰਿਹਾ ਨਾ ਹਾਂਜੀ ਅਤੇ ਉਸ ਤਰ੍ਹਾਂ ਤੋਂ ਇਹਨਾਂ ਦਾ ਸਾਈਜ਼ ਵਧਾਈ ਸਾਈਜ਼ ਵਧੇਗਾ ਜੀ ਇਸ ਵਾਰ ਲਾਸਟ ਮੰਥ ਹੀ ਚੱਲ ਰਿਹਾ ਇਹਨਾਂ ਦਾ ਬਿਲਕੁਲ ਸਹੀ ਜੀ ਯਾਨੀ ਕਿ ਅਗਲੇ ਮਹੀਨੇ ਤੋਂ ਇਨਸ਼ਾਅੱਲਾ ਤੜਾਈ ਸ਼ੁਰੂ ਹੋ ਜਾਵੇਗੀ ਅਤੇ ਤਕਰੀਬਨ ਫਰਵਰੀ ਮਾਰਚ ਇਹਦਾ ਐਂਡ ਹੋ ਜਾਂਦਾ ਤੜਾਈ ਦਾ ਬਿਲਕੁਲ ਸਹੀ ਉਸ ਤਰ੍ਹਾਂ ਦੇ ਜਾਣ ਨੂੰ ਮਾਰਚ ਅਪ੍ਰੈਲ ਤੱਕ ਵੀ ਜਾਂਦੇ ਨੇ ਲੇਕਿਨ ਉਸ ਟਾਈਮ ਫਿਰ ਬਿਲਕੁਲ ਐਂਡ ਹੋ ਜਾਂਦਾ ਸਹੀ ਅਤੇ ਕਿੱਲੇ ਦੇ ਵਿੱਚ ਕਿੰਨੇ ਪੌਦੇ ਲੱਗਦੇ ਨੇ ਕਿੱਲੇ 'ਚ 100 ਬੂਟਾ ਲੱਗਦਾ ਜੀ 100 ਬੂਟਾ ਲੱਗਦਾ ਬਿਲਕੁਲ ਸਹੀ ਹੈ ਜੀ ਯਾਨੀ ਕਿ 22 ਫੁੱਟ ਫਾਸਲੇ ਤੇ ਹਰ ਲਾਈਨ ਬਾਈ ਲਾਈਨ ਜਾਂ ਨਹੀਂ ਲਾਈਨ ਬਾਈ ਲਾਈਨ ਲੱਗਦੇ ਨੇ ਇੱਕੋ ਸੀ ਜਿੱਧਰੋਂ ਵੀ ਤੁਸੀਂ ਵੇਖੋਗੇ ਨਾ ਤੁਹਾਨੂੰ ਇੱਕ ਜਿਹੀ ਚੀਜ਼ ਨਜ਼ਰ ਆਏਗੀ ਬਿਲਕੁਲ ਸਾਈਡ ਤੋਂ ਇਸ ਤੋਂ ਯਾਨੀ ਕਿ ਸੀ 'ਚੋਂ ਸਿੱਧਾ ਜਿਸ ਤਰ੍ਹਾਂ ਵੀ ਕਿਸੇ ਵੀ ਸਾਈਡ ਤੋਂ ਨਜ਼ਰ ਆਏਗੀ ਇੱਕੋ ਲਾਈਨ ਨਜ਼ਰ ਆਏਗੀ ਬਿਲਕੁਲ ਸਹੀ ਅਤੇ ਜਿਹਦੇ ਸਾਈਡ ਨੂੰ ਦੇਖੋਗੇ 10 ਦੇ 10 ਬੂਟੇ ਪੂਰੇ ਹੋਣ ਬਿਲਕੁਲ ਸਹੀ ਹੋਰ ਆਪਣੇ ਕੋਲ ਕਿਹੜੀ ਇੱਥੇ ਵਰਾਇਟੀ ਲੱਗੀ ਹੈ ਜੀ ਸਾਡੇ ਕੋਲ ਹੋਰ ਹੈ ਜੀ ਅੰਬ ਨੇ ਅੱਛਾ ਜੀ ਉੱਥੇ ਨੇੜੇ ਹੀ ਕਿਤੇ ਸਾਹਮਣੇ ਚਲੋ ਆਓ ਉੱਧਰ ਚੱਲਦੇ ਹਾਂ